ਮਾਰਨਿੰਗ ਸਟੂਡੈਂਟਸ ਟੂਡੇ ਵੀ ਆਰ ਹੇਅਰ ਟੂ ਐਕਸਪਲੇਨ ਯੂ ਸਮ ਆਫ ਦਾ ਟ੍ਰਿਕਸ ਆਫ ਰੀਡਿੰਗ ਟੂਡੇ ਵੀਲ ਡੂ ਅ ਲिटल ਬਿਟ ਪ੍ਰੈਕਟਿਸ ਔਨ ਹਾਊ ਟੂ ਸੋਲਵ ਦਾ ਅਕੈਡੈਮਿਕ ਰੀਡਿੰਗ ਓਕੇ ਸੋ ਅਕੈਡੈਮਿਕ ਰੀਡਿੰਗ ਹੈ ਜਿਹੜੀ ਸਾਡੀ ਇਹ ਉਹਨਾਂ ਸਟੂਡੈਂਟਸ ਵਾਸਤੇ ਹੁੰਦੀ ਹੈ ਉਹਨਾਂ ਸਟੂਡੈਂਟਸ ਦਾ ਪੇਪਰ ਸੈੱਟ ਹੁੰਦਾ ਹੈ ਇਹਦੇ ਇਸ ਕੈਟਾਗਰੀ ਦੇ ਅੰਡਰ ਜਿਨ੍ਹਾਂ ਨੇ ਸਟੱਡੀ ਬੇਸਿਸ ਤੇ ਬਾਹਰ ਜਾਣਾ ਹੈ ਠੀਕ ਹੈ ਸੋ ਅਕੈਡੈਮਿਕ ਰੀਡਿੰਗ ਦੇ ਵਿੱਚ ਅਕੈਡਮ ਤੇ ਜੀਟੀ ਦੀ ਰੀਡਿੰਗ ਦੇ ਵਿੱਚ ਦੋਨਾਂ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੁੰਦਾ ਹੈ ਠੀਕ ਹੈ ਜਿਵੇਂ ਇਹਦੇ ਵਿੱਚ ਪੈਸੇजेस ਦੋਨਾਂ ਚ ਹੀ ਦੋ ਤਿੰਨ ਆਉਂਦੇ ਨੇ ਲੇਕਿਨ ਇਹਦੇ ਵਿੱਚ ਥੋੜੇ ਜਿਹੀ ਲੈਂਥੀ ਹੁੰਦੇ ਆ ਜਿਹਨੂੰ ਆਪਾਂ ਕਹਿੰਦੇ ਆ ਵੀ ਥੋੜਾ ਜਿਹਾ ਡਿਫਿਕਲਟ ਹੁੰਦਾ ਤੇ ਟਾਈਮ ਜ਼ਿਆਦਾ ਖਾਂਦਾ ਟਾਈਮ ਕੰਜ਼ਿਊਮਿੰਗ ਹੁੰਦਾ ਠੀਕ ਹੈ ਤਾਂ ਉਹਨੂੰ ਅਸੀਂ ਟਾਈਮ ਕੰਜ਼ਿਊਮਿੰਗ ਹੈ ਉਹਨੂੰ ਆਪਾਂ ਕਿਵੇਂ ਆਪਾਂ ਆਪਣਾ ਟਾਈਮ ਮੈਨੇਜ ਕਰਨਾ ਹੈ ਠੀਕ ਹੈ ਹੁਣ ਅਗਰ ਅਸੀਂ ਨੋਰਮਲ ਕਿਸੇ ਗੱਲ ਕਰੀਏ ਤਾਂ ਯੂਜੂਲੀ ਕਹਾਂਗੇ ਸਭ ਲੋਕ ਕਹਾਂਗੇ ਵੀ ਤੁਸੀਂ ਐਦਾਂ ਕਰੋ ਕਿ ਸਾਰਾ ਪੈਸੇਜ ਰੀਡ ਕਰੋ ਤੇ ਉਹਦੇ ਵਿੱਚੋਂ ਆਨਸਰਸ ਲੱਭੋ ਨਹੀਂ ਦਿਸ ਇਜ਼ ਰੋਂਗ ਕ੍ਰਾਈਟੇਰੀਆ ਦਿਸ ਇਜ਼ ਰੋਂਗ ਅਪਰੋਚ ਐਦਾਂ ਤੁਸੀਂ ਸਾਰਾ ਆਪਣਾ ਟਾਈਮ ਵੇਸਟ ਕਰ ਦੋਗੇ ਤੇ ਜਿੱਥੇ ਤੁਹਾਡੇ ਕੋਲ ਹਾਰਡਲੀ ਮਤਲਬ ਪੂਰਾ 60 ਮਿੰਟ ਹੁੰਦੇ ਆ ਡਾਟ ਤੇ ਉਹਦੇ ਵਿੱਚ ਤੁਸੀਂ ਇਹ ਸਾਰਾ ਕੰਪਲੀਟ ਕਰਨਾ ਹੁੰਦਾ ਤੇ ਇਹ ਤੁਹਾਡਾ ਕੰਪਲੀਟ ਹੋਏਗਾ ਹੀ ਨਹੀਂ ਅੱਜ ਅਸੀਂ ਇੱਕ ਛੋਟਾ ਜਿਹਾ ਸੈਕਸ਼ਨ ਕਰਕੇ ਦੇਖਾਂਗੇ ਤੇ ਉਹਦੇ ਟ੍ਰਿਕਸ ਦੱਸਾਂਗੇ ਕਿ ਕਿਵੇਂ ਇਹਨੂੰ ਐਫੀਸ਼ੀਐਂਟਲੀ ਆਪਾਂ ਸੋਲਵ ਕਰ ਸਕਦੇ ਹਾਂ ਠੀਕ ਹੈ ਓਕੇ ਤਾਂ ਅੱਜ ਜਿਹੜਾ ਅਸੀਂ ਇਹ ਲਿੱਤਾ ਆਈਸਮੈਨ ਇੱਕ ਅਸੀਂ ਇਹ ਪੈਸੇਜ ਲਿੱਤਾ ਰਾਦਰ ਦੈਨ ਰੀਡਿੰਗ ਦਾ ਐਂਟਾਇਰ ਪੈਸੇਜ ਵੀ ਵਿਲ ਡਾਇਰੈਕਟਲੀ ਮੂਵ ਔਨ ਟੂ ਦਾ ਕੁਐਸ਼ਨਸ ਠੀਕ ਹੈ ਇਹ ਕੁਐਸ਼ਨਸ ਹੈ ਸਾਡੇ ਕੁਐਸ਼ਨਸ ਕੀ ਡਿਮਾਂਡ ਕਰ ਰਹੇ ਨੇ the reading passage has 8 paragraphs it ਜਿਹੜਾ ਸਾਡਾ ਉੱਪਰ ਪੈਰਾਗ੍ਰਾਫ ਪੈਸੇਜ ਹੈ ਉਹਦੇ ਵਿੱਚ 8 ਪੈਰਾਗ੍ਰਾਫਸ ਨੇ a to h ਠੀਕ ਹੈ 8 ਪੈਰਾਗ੍ਰਾਫਸ ਨੇ which paragraph contains the following information ਹੁਣ ਅਸੀਂ ਉਹਦੇ ਵਿੱਚੋਂ ਲੱਭਣਾ ਹੈ ਕਿ ਕਿਹੜੇ ਪੈਰਾਗ੍ਰਾਫ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ ਉਹ ਦਿੱਤੀ ਹੋਈ ਹੈ ਜੇ ਠੀਕ ਹੈ ਕਿਹੜੀ ਇਨਫੋਰਮੇਸ਼ਨ ਪੁੱਛੀ ਹੈ ਉਸ ਤੋਂ ਪਹਿਲਾਂ ਤੁਸੀਂ ਇੱਕ ਇਨਸਟਰਕਸ਼ਨ ਪਲੀਜ਼ ਧਿਆਨ ਨਾਲ ਪੜ੍ਹੋ you may use any letter more than once ਠੀਕ ਹੈ ਮਤਲਬ ਕਿ ਇੱਕ ਤੋਂ ਜ਼ਿਆਦਾ ਵਾਰ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਲੈਟਰਸ ਯੂਜ਼ ਕਰ ਸਕਦੇ ਆ ਠੀਕ ਹੈ ਡਾਟ ਮੀਨਸ ਕਿ ਇਨ ਕੇਸ ਜਿਵੇਂ ਸਾਡੇ ਕੋਲ ਇੱਥੇ 5 ਕੁਐਸਚਨਸ ਨੇ ਬੱਚੇ ਯੂਜ਼ੂਲੀ ਕੀ ਗਲਤੀ ਕਰਦੇ ਆ ਉਹ ਕਹਿੰਦੇ ਕਿ ਅਗਰ ਫਰਸਟ ਦਾ ਆਨਸਰ ਲੈਟਸ ਸੁਪੋਜ਼ ਉਹਨਾਂ ਨੂੰ ਬੀ ਲੱਗਿਆ ਸੈਕਿੰਡ ਦਾ ਸੀ ਲੱਗਿਆ ਥਰਡ ਦਾ ਈ ਲੱਗਿਆ ਠੀਕ ਹੈ ਤਾਂ ਉਹ ਕਹਿਣਗੇ ਜਿਹੜਾ ਬਚ ਗਿਆ ਉਹਦਾ ਆਨਸਰ ਫਿਫਥ ਉਹਦੇ ਵਿੱਚ ਲਾਈ ਕਰ ਸਕਦਾ ਹੈ نو ਥਿਸ ਇਜ਼ ਰੋਂਗ ਅਪਰੋਚ ਜ਼ਰੂਰੀ ਨਹੀਂ ਹੈ ਕਿ ਹਾਂਜੀ ਸਾਰੇ ਪੈਰਾਗ੍ਰਾਫ ਦੇ ਵਿੱਚ ਆਨਸਰਸ ਹੋਣ ਹੋ ਸਕਦਾ ਹੈ ਕਿ ਕੁਝ ਕੁਐਸ਼ਚਨਸ ਇੱਕੋ ਪੈਰਾਗ੍ਰਾਫ ਚ ਪੁੱਛੇ ਹੋਣ ਠੀਕ ਹੈ ਜਾਂ ਹੋ ਸਕਦਾ ਹੈ ਕਿ ਲੈਟਸ ਸਪੋਜ਼ ਜਿਵੇਂ ਨੇ 5 ਨੇ سوری 5 ਕੁਐਸ਼ਚਨਸ ਨੇ ਤੇ ਪੈਸੇ ਸਾਡੇ 8 ਹੈ obviously ਇਹ ਤਾਂ by default ਸਾਨੂੰ ਸਮਝ ਹੀ ਆ ਗਈ ਕਾਮਨ ਸੈਂਸ ਦੀ ਗੱਲ ਹੈ ਕਿ ਸਾਰੇ ਕਵਰ ਨਹੀਂ ਹੋਣਗੇ ਸੋ ਇਹਨੂੰ ਇਦਾਂ ਲੈ ਕੇ ਨਾ ਚੱਲਿਓ ਠੀਕ ਹੈ ਚਲੋ ਆਪਾਂ ਹੁਣ ਇਸ ਸੋਲੂਸ਼ਨ ਤੇ ਚੱਲਦੇ ਆਂ ਆਪਾਂ ਕਿਵੇਂ ਸੋਲਵ ਕਰਨਾ ਆਹ ਵਾਲਾ ਸੈਕਸ਼ਨ ਇਸ ਸੈਕਸ਼ਨ ਦੇ ਵਿੱਚ ਜਦੋਂ ਤੁਹਾਨੂੰ ਇਦਾਂ ਪੈਰਾਗ੍ਰਾਫ ਦਿੱਤੇ ਹੋਣ ਦ ਬੈਸਟ ਥਿੰਗ ਦ ਬੈਸਟ ਅਪਰੋਚ ਟੂ ਸੋਲਵ ਦਿਸ ਪੈਰਾਗ੍ਰਾਫ ਇਜ਼ ਦਿਸ ਕਾਈਂਡ ਆਫ ਪੈਸੇਜ ਇਜ਼ ਸਭ ਤੋਂ ਪਹਿਲਾਂ ਰੀਡ ਦ ਕੁਐਸ਼ਨਸ Tike sari pa questions and then look for the answers. Read the questions and look for the answers. The last area in which the iceman might live and stay. ਉਹ ਲਾਸਟ ਏਰੀਆ ਪੁੱਛ ਰਿਹਾ ਆ ਆਪਾਂ ਨਾਲ-ਨਾਲ ਕੀਵਰਡਸ ਵੀ ਮੈਚ ਕੀਵਰਡਸ ਵੀ ਮਾਰਕ ਕਰਨੇ ਆ ਸੋ ਦੈਟ ਉਹ ਕੀਵਰਡਸ ਨੂੰ ਅਸੀਂ ਪੈਸੇਜ ਚ ਲੱਭਾਂਗੇ ਤੇ ਸਾਨੂੰ ਪਤਾ ਲੱਗ ਜੇਗਾ ਜਿੱਥੇ ਕੀਵਰਡ ਮਿਲ ਗਿਆ ਉਹਦੇ ਨੇੜੇ ਤੇੜੇ ਹੀ ਸਾਡਾ ਆਨਸਰ ਹੋਏਗਾ ਲਾਸਟ ਏਰੀਆ ਇਨ ਵਿੱਚ ਦ ਆਈਸਮੈਨ ਮਾਈਟ ਲਿਵ ਐਂਡ ਸਟੇ ਠੀਕ ਹੈ ਲਾਸਟ ਏਰੀਆ ਕਿਹੜਾ ਜਿੱਥੇ ਆਈਸਮੈਨ ਰਹਿਹਾ ਸੀਗਾ ਤੇ ਉੱਥੇ ਜੀਵਿਤ ਰਿਹਾ ਸੀਗਾ ਠੀਕ ਹੈ ਦ ਮਾਸ ਆਫ ਸਪੈਸ਼ਲ ਪਲੈਂਟਸ was discovered and used to analyze ice man's movement ਇਹਦੇ ਵਿੱਚ ਹੁਣ ਅਸੀਂ ਕੀ ਕੀ ਵਰਡਸ ਮਾਰਕ ਕਰਾਂਗੇ ਇੱਕ ਸਪੈਸ਼ਲ ਪਲਾਂਟ ਠੀਕ ਹੈ ਸਪੈਸ਼ਲ ਪਲਾਂਟ ਜਿਹੜਾ ਅਨਯੂਜਵਲ ਵਰਡਸ ਹੈ ਨਾ ਉਹਨਾਂ ਨੂੰ ਆਪਾਂ ਮਾਰਕ ਕਰਾਂਗੇ ਜਿਹੜੇ ਆਪਾਂ ਡੇਲੀ ਲਾਈਫ ਚ ਨਹੀਂ ਯੂਜ਼ ਕਰਦੇ ਠੀਕ ਹੈ ਸਪੈਸ਼ਲ ਪਲਾਂਟ ਡਿਸਕਵਰ ਕੀਤਾ ਸੀ ਉਹਨਾਂ ਨੇ ਯੂਜ਼ ਟੂ ਐਨਲਾਈਜ਼ ਆਈਸ ਮੈਨ'ਸ ਮੂਵਮੈਂਟ ਤੇ ਆਈਸ ਮੈਨ ਦੀ ਮੂਵਮੈਂਟ ਨੂੰ ਐਨਲਾਈਜ਼ ਕਰਨ ਵਾਸਤੇ ਉਸ ਪਲਾਂਟ ਦਾ ਯੂਜ਼ ਹੋਇਆ ਠੀਕ ਹੈ ਇਹਦੀ ਇਨਫੋਰਮੇਸ਼ਨ ਕਿਹੜੇ ਪੈਸੇਜ 'ਚ ਹੈ ਹੁਣ ਇਹ ਕੁਐਸਚਨ ਪੁੱਛ ਰਿਹਾ ਸਾਨੂੰ ਓਕੇ ਨੈਕਸਟ ਹੈ ਸਾਇੰਟਿਸਟ ਐਨਲਾਈਜ਼ਸ ਦ ਆਈਸਮੈਨਸ ਲਾਸਟ ਹਾਈਕ ਡਿਪੈਂਡਿੰਗ ਔਨ ਪੋਲਨ ਇੱਕ ਤਾਂ ਪੋਲਨ ਹੋ ਗਿਆ ਇਹਦੇ ਵਿੱਚੋਂ ਠੀਕ ਹੈ ਤੇ ਇਹਦੇ ਵਿੱਚ ਆਈਸਮੈਨਸ ਲਾਸਟ ਹਾਈਕ ਠੀਕ ਹੈ ਇਹ ਅਸੀਂ ਕੀਵਰਡਸ ਮਾਰਕਰਤੇ ਅਗਲਾ ਹੈ ਦ ਟਾਈਮ ਐਨ ਏਰੀਆ ਦ ਆਈਸਮੈਨ ਵਾਸ ਫਾਊਂਡ ਉਹ ਕਿਹੜਾ ਟਾਈਮ ਤੇ ਏਰੀਆ ਜਿੱਥੇ ਆਈਸਮੈਨ ਸਾਨੂੰ ਮਿਲਿਆ ਸੀਗਾ ਟਾਈਮ ਐਂਡ ਏਰੀਆ ਹੋ ਗਿਆ। ਦ ਆਈਸਮੈਨਸ ਬੋਡੀ ਹੈਜ਼ ਬੀਨ ਆਊਟ ਆਫ ਕੰਡੀਸ਼ਨ ਫਾਰ ਮੰਥਸ ਬਿਫੋਰ ਹਿਸ ਡੈਥ। ਠੀਕ ਹੈ? ਮਤਲਬ ਆਈਸਮੈਨ ਦੀ ਜਿਹੜੀ ਬੋਡੀ ਹੈ ਉਹਦੀ ਕੰਡੀਸ਼ਨ ਆਊਟ ਆਫ ਕੰਡੀਸ਼ਨ ਹੋ ਗਈ ਸੀਗੀ। ਮਤਲਬ ਉਹਦੀ ਹਾਲਤ ਖਰਾਬ ਹੋ ਗਈ ਸੀਗੀ ਬਿਫੋਰ ਹਿਸ ਡੈਥ। ਬਿਫੋਰ ਹਿਸ ਡੈਥ ਉਹਦੀ ਬੋਡੀ ਦੇ ਵਿੱਚ ਕੁਝ ਇਨਫੈਕਸ਼ਨ ਡਿਜ਼ੀਜ਼ ਜਾਂ ਪ੍ਰੋਬਲਮਸ ਜਾਂ ਕੁਝ ਨਾ ਕੁਝ ਫਿਜ਼ੀਕਲ ਪ੍ਰੋਬਲਮ ਆ ਗਈ ਸੀਗੀ ਉਹਨੂੰ। ਠੀਕ ਹੈ? ਇਹ ਨੇ ਇਹਦੇ ਬਾਰੇ ਹੋ ਗਿਆ। ਹੁਣ ਇਹਨਾਂ ਨੂੰ ਅਸੀਂ ਲੇਮਨ ਲੈਂਗੁਏਜ ਵਿੱਚ ਕਨਵਰਟ ਕਰ ਲਿਆ। हम चलो अखते दे हैं कि सूर्य मिल सकती है इनफोमे सब तो पहला आप है सब, सब तो पहला सान लास्ट एरिया इन विच द आइसमैन एक ला कि लास्ट एरिया जिथे आइसमैन लिव एंड स्टे मतलब लिव वेयर द आइसमैन लिव एंड स्टे ठीक है सेकंड सेकंड क्वेश्चन ਸਾਡਾ ਸੀਗਾ ਕਿ ਸਪੈਸ਼ਲ ਪlant ਬਾਰੇ ਲੱਭਣਾ 3rd ਸੀਗਾ ਆਈਸਮੈਨ ਦੀ ਲਾਸਟ ਹਾਈ ਕਿ ਜਿਵੇਂ ਪੋਲਨ ਆਪਾਂ ਮਾਰ ਕਿਤਾ ਸੀ 4th ਅਸੀਂ ਕੀਤਾ ਸੀ ਟਾਈਮ ਐਂਡ ਏਰੀਆ ਜਿੱਥੇ ਆਈਸਮੈਨ ਆਖਰੀ ਵਾਰ ਮਿਲਿਆ ਸੀਗਾ ਠੀਕ ਹੈ ਆਈਸਮੈਨ ਦੀ ਬੋਡੀ ਦੀ ਕੰਡੀਸ਼ਨ ਬਾਰੇ ਗੱਲ ਕੀਤੀ ਹੈ ਬਿਫੋਰ ਡੈਥ ਓਕੇ ਤਾਂ ਹੁਣ ਜਦੋਂ ਅਸੀਂ ਇੱਥੇ ਸਕਿਮ ਕਰਨਾ ਸ਼ੁਰੂ ਕਰ ਰਹੇ ਹਾਂ ਸਾਨੂੰ ਇਹਨਾਂ ਵਿੱਚੋਂ ਕੋਈ ਦੇਖੋ ਮਿਲ ਰਿਹਾ ਹੈ ਇਹਨਾਂ ਵਿੱਚੋਂ ਠੀਕ ਹੈ ਜਦੋਂ ਅਸੀਂ ਇੱਥੇ ਸਕਿਮ ਕੀਤਾ ਤਾਂ ਸਾਨੂੰ ਇੱਥੇ yellow pollen ਮਿਲਿਆ ਠੀਕ ਹੈ pollen ਵਾਲਾ ਕਿਹੜਾ ਕੁਐਸਚਨ ਸੀਗਾ ਕਿ ਸਾਇੰਟਿਸਟ ਐਨਾਲਾਈਜ਼ ਆਈਸਮੈਨਸ ਲਾਈਟ ਹੈਕ ਡਿਪੈਂਡੈਂਟ ਪੋਲਨ as he fled up the slope the yellow pollen of the horn bean blossom fell like in invi invisible rain salting the water and food he consumed when he stopped to rest ਠੀਕ ਹੈ ਇਹਦੇ ਇਹ ਇਹਦੇ ਚ ਕੀ ਦੱਸ ਰਹੇ ਆ ਇਹਦੇ ਚ ਉਹ ਪੋਲਨ ਬਾਰੇ ਦੱਸ ਰਹੇ ਤੇ ਉਹ ਦੱਸ ਰਹੇ ਕਿ ਕੀ ਜਿਹੜੇ ਹੌਰਨ ਬੀਨ ਬਲੋਸਮਸ ਹੈ ਉਹ ਕਿਵੇਂ ਦੇ ਇਨ ਇਨਵੀਜੀਬਲ ਰੇਨ ਵਾਂਗੋ ਗਿਰ ਰਹੇ ਸੀਗੇ ਠੀਕ ਹੈ ਸాల్ਟਿੰਗ ਦਾ ਵਾਟਰ ਤੇ ਜਿਹੜਾ ਸਾਡਾ ਪਾਣੀ ਆ ਉਹਨਾਂ ਨੂੰ ਸਾਲਟ ਖਾਰਾ ਕਰ ਰਹੇ ਸੀ फूड ही कंज्यूमड वेन ही स्टॉप टू रैस फूड बारे दस किनजम ही रैसट वेन ही स्टॉप टू रैस जब रैसट बारे ठीक है पर इतने कितने भी नहीं दस हाइक बारे ठीक है लास्ट के दिन बारे लास्ट टाइम बारे नहीं दस्या होन so, करा अगे असी लीक है हम अगर अथे देखिए इस वाली लाइन सवर इन वन बॉडी ठीक है देखो कॉप्स कार्पसे का मतलब हों की डेड बॉडी ह्यूमन की डेड बॉडी ਕੁਝ-ਕੁਝ ਵਰਡਸ ਹੈ ਕੁਝ-ਕੁਝ ਵਰਡਸ ਹੈ ਇਹਦੇ ਵਿੱਚ ਜਿਹੜੇ ਇੰਪੋਰਟੈਂਟ ਹੈ ਠੀਕ ਹੈ ਤੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਇਹ ਵਰਡਸ ਜਦੋਂ ਜਿਹਦੇ ਵੀ ਹੁਣ ਇਹਦੇ ਵਿੱਚ ਇਹ ਵਰਡ ਆਇਆ ਹੈ ਬਟ ਸਾਨੂੰ ਇਦਾਂ ਸੀਗਾ ਕਿ ਇਸ ਵਰਡ ਅਗਰ ਨਾਰਮਲ ਅਸੀਂ ਲੇਮਨ ਲੈਂਗੁਏਜ ਆਪਾਂ ਇਦਾਂ ਗੱਲ ਨਹੀਂ ਕਰਦੇ ਕੋਪਸੀ ਨਹੀਂ ਆਪਾਂ ਵਰਡ ਯੂਜ਼ ਕਰਦੇ ਠੀਕ ਹੈ ਬਾਰਡਰ ਹੁਣ ਇਹ ਕਹ ਰਹੇ ਆ ਹੋ ਲੋ ਹਾਈ ਇਨ ਦਾ ਆਡਜ਼ਲ ਐਪਸ ਔਨ ਇਟਲੀਜ਼ ਬਾਰਡਰ ਇਨ ਆਸਟ੍ਰੇਲੀਆਸ ਠੀਕ ਹੈ ਹੁਣ ਉਸੇ ਤੁਸੀਂ ਆਓ ਸਾਡੇ ਕੁਐਸਚਨ ਨੰਬਰ 4 ਤੇ ਟਾਈਮ ਐਂਡ ਏਰੀਆ ਪੁੱਛ ਰਿਹਾ ਹੋ ਇਹਦੇ ਵਿੱਚ ਟਾਈਮ ਹੈ ਮਤਲਬ ਕੀ ਕਿਸ era ਦੀ ਗੱਲ ਹੋ ਰਹੀ ਹੈ ਤੇ ਏਰੀਆ ਐਲਪਸ ਦੀ ਗੱਲ ਹੋ ਰਹੀ ਹੈ ਇਟਲੀ ਦੇ ਬਾਰਡਰ ਤੇ ਜਿਹੜਾ ਆਸਟ੍ਰੇਲੀਆ ਦੇ ਨਾਲ ਲੱਗਦਾ ਹੈ ਠੀਕ ਹੈ ਇੱਥੇ ਗੱਲ ਹੋ ਰਹੀ ਹੈ ਦਾਟ ਮੀਨ ਸਾਡਾ 4th ਆਨਸਰ ਇੱਥੇ ਮਿਲੇ ਜ਼ਰੂਰੀ ਨਹੀਂ ਅਸੀਂ ਪਹਿਲਾਂ ਫਸਟ ਵਾਰ ਇਹ ਲੱਭਣਾ ਹੈ ਜਿੱਥੇ ਸਾਨੂੰ ਜਿਹੜਾ ਆਨਸਰ ਮਿਲ ਰਿਹਾ ਆਪਾਂ ਉੱਥੇ ਲੱਭ ਸਕਦੇ ਹਾਂ ਠੀਕ ਹੈ ਓਕੇ ਆਪਾਂ ਫਟਾਫਟ ਸਕਿਮ ਕਰਨਾ ਇਹਨੂੰ ਠੀਕ ਹੈ ਹੁਣ ਅਸੀਂ ਆਉਨੇ ਆ ਆਪਣੇ ਸੈਕੰਡ ਕੁਐਸਚਨ ਹੈ ਜਿਹੜਾ ਠੀਕ ਹੈ ਉਹਦਾ ਸਾਨੂੰ ਪ੍ਰੋਬੇਬਲੀ ਆਨਸਰ ਮਿਲੇਗਾ ਇੱਥੇ ਜਿੱਥੇ ਉਹਨਾਂ ਨੇ ਫਾਈਨਲ ਜਰਨੀ ਬਾਰੇ ਦੱਸਿਆ ਆਈਸਮੈਨ ਪ੍ਰੋਬਬਲੀ ਸੈਟ ਆਫ ਹਿਸ ਫਾਈਨਲ ਜਰਨੀ ਫ਼੍ਰੋਮ ਹਿਸ ਵੇਰੀ ਏਰੀਆ ਵੇਅਰ ਨੀਅਰ ਦਾ ਮਾਡਰਨ ਡੇ ਐਜ ਐਂਡ ਸੇਨਾਲਸ ਰਿਵਰਸ ਮੀਟ ਠੀਕ ਹੈ ਇੱਥੇ ਬਾਰੇ ਇਹਦੇ ਬਾਰੇ ਦੱਸਿਆ ਹੋਇਆ ਹੈ ਇਹ ਹੈ ਸਾਡਾ ਆਨਸਰ ਨੰਬਰ 1 ਰਾਈਟ ਮਤਲਬ ਪਹਿਲਾ ਅਸੀਂ ਕੁਐਸਚਨ ਪੜਾਂਗੇ ਉਹਦੇ ਕੀਵਰਡਸ ਮਾਰ ਕਰਾਂਗੇ ਤੇ ਉਹ ਕੀਵਰਡਸ ਲੱਭਣੇ ਆ ਅਸੀਂ ਠੀਕ ਹੈ ਫਾਈਨਲ ਜਰਨੀ ਮਤਲਬ ਲਾਸਟ ਏਰੀਆ ਵੇਅਰ ਹੀ ਲਿਵਡ ਇਹਦੇ ਬਾਰੇ ਵੀ ਉਹਨਾਂ ਨੇ ਦੱਸਿਆ ਕਿ ਇੱਥੇ ਇਸ ਜਗ੍ਹਾ ਤੇ ਉਹ ਉਹਦਾ ਲਾਸਟ ਟਾਈਮ ਸਪੈਂਡ ਹੋਇਆ ਸੀਗਾ ਠੀਕ ਹੈ ਨੈਕਸਟ ਇੱਕ ਸਾਡੇ ਕੋਲ ਕੁਐਸਚਨ ਸੀਗਾ ਰਿਲੇਟਡ ਟੂ ਹੁਣ ਆਪਾਂ ਇਹਨੂੰ ਹੋਰ ਜ਼ਿਆਦਾ ਸਕਿਮ ਕਰਾਂਗੇ ਤੇ ਆਪਾਂ ਲੱਭਾਂਗੇ ਕਿਹੜੇ ਕਿਹੜੇ ਆਪਣੇ ਮਾਈਂਡ ਚ ਤੁਸੀਂ ਕੁਐਸ਼ਨਸ ਡੈਫੀਨੇਟਲੀ ਜਿਹੜੇ ਪੁਆਇੰਟਸ ਐ ਉਹ ਪੱਕਾ ਰੱਖਣੇ ਐ ਠੀਕ ਐ ਅਗੇਨ ਦੇਖੋ ਇੱਥੇ ਸਾਨੂੰ ਪੋਲਨ ਮਿਲ ਗਿਆ ਠੀਕ ਐ ਹੁਣ ਇਹਨੂੰ ਪੜ੍ਹਦੇ ਆ ਆਰਕੀਓ ਬੋਟਨਿਸ ਹੈਵ ਯੂਜੂਲੀ ਹੈਵ ਯੂਜ਼ਡ ਇਕੁਅਲੀ ਕਲੇਵਰ ਅਨਾਲਿਸਿਸ ਆਫ ਪੋਲਨ ਐਂਡ ਪਲਾਂਟ ਫ੍ਰੈਗਮੈਂਟਸ ਟੂ ਪਲੋਟ ਦ ਆਈਸਮੈਨਸ ਲਾਸਟ ਮੂਮੈਂਟਸ ਠੀਕ ਹੈ ਹੁਣ ਇਹਦੇ ਵਿੱਚ ਅਗੇਨ ਲਾਸਟ ਹਾਈ ਇੱਕ ਬਾਰੇ ਗੱਲ ਕੀਤੀ ਹੋਈ ਸੀ ਲਾਸਟ ਹਾਈ ਕੈਨ ਲਾਸਟ ਮੂਵਮੈਂਟ ਇਸ ਸਿਨੋਨਿਮ ਯੂਜ਼ ਕੀਤਾ ਹੋਇਆ ਹੈ ਹਾਈਕ ਦਾ ਠੀਕ ਹੈ ਸਾਨੂੰ ਐਗਜ਼ੈਕਟਲੀ ਇੱਥੇ ਆਨਸਰ ਮਿਲ ਗਿਆ ਦੈਟ ਮੀਨਸ ਥਿਸ ਇਜ਼ ਆਰ ਆਨਸਰ ਥਰਡ ਠੀਕ ਹੈ ਸੌਰੀ मां स्पेशल सॉरी प्लांट्स गल कर रहे ना ठीक है जी इज द आंसर गॉट माय पॉइंट ਠੀਕ ਹੈ ਮਿਲ ਗਿਆ ਗੁੱਡ 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 ਵੈਰੀ ਗੁੱਡ ਹਾਂਜੀ ਠੀਕ ਹੈ ਜੀ ਠੀਕ ਹੈ ਰੋਹਿਤ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਕਾਫੀ ਬੱਚਿਆਂ ਦੇ ਮੈਸੇजेस ਆ ਰਹੇ ਆ ਜਗਮਨ ਠੀਕ ਹੈ ਜੀ ਹਰਜੋਤ ਵੈਰੀ ਗੁੱਡ ਨੀਤੀ ਹਾਂਜੀ ਹਾਂਜੀ ਠੀਕ ਹੈ ਜੀ ਬਿਲਕੁਲ ਬਿਲਕੁਲ ਤੁਹਾਡੇ ਡਾਊਟ ਵੀ ਅਸੀਂ ਉਹੀ ਕਲੀਅਰ ਕਰਨ ਲੱਗੇ ਆ ਠੀਕ ਹੈ ਹੁਣ ਆਪਾਂ ਪੜਦੇ ਆ ਨੈਕਸਟ ਨੈਕਸਟ 10th ਕੁਐਸਚਨ ਠੀਕ ਹੈ ਹੁਣ ਅਸੀਂ ਫਾਈਂਡ ਕਰਨਾ ਹੈ ਆਊਟ ਆਫ ਕੰਡੀਸ਼ਨ ਸਾਡਾ ਕਿਹੜੇ ਕਿਹੜੇ ਕੁਐਸਚਨਸ ਰਹਿ ਗਏ ਸਾਡੇ ਰਹਿ ਗਏ 5th ਕੁਐਸਚਨ ਰਹਿ ਗਿਆ ਜਿਹਦੇ ਵਿੱਚ ਆਊਟ ਆਫ ਕੰਡੀਸ਼ਨ ਜਿਹੜੇ ਜਿਹੜੇ ਸਾਨੂੰ ਮਿਲਦੇ ਰਹਿਣਗੇ ਉਹਨਾਂ ਨੂੰ ਆਪਾਂ ਕ੍ਰੋਸ ਕਰ ਦੇ ਰਾਂਗੇ ਸੋ ਥੈਟ ਅਸੀਂ ਕਨਫਿਊਜ਼ ਨਾ ਹੋਈਏ ਠੀਕ ਹੈ ਪਹਿਲਾ ਕੁਐਸ਼ਚਨਸ ਰੀਡ ਦਾ ਕੁਐਸ਼ਚਨ ਐਂਡ ਦੈਨ ਲੁੱਕ ਫਾਰ ਦਾ ਆਨਸਰਸ ਵਿਦ ਦਾ ਹੈਲਪ ਆਫ ਦਾ ਕੀਵਰਡਸ ਅਵੇਲੇਬਲ ਇਨ ਦਾ ਕੁਐਸ਼ਚਨਸ ਓਕੇ ਚਲੋ ਹੁਣ ਆਪਾਂ ਅਗਲਾ ਕੁਐਸ਼ਚਨ ਲੱਭਦੇ ਹਾਂ ਅਗਲਾ ਕੁਐਸ਼ਚਨ ਕਿਹੜਾ ਚਲੋ ਤੁਸੀਂ ਹਾਂਜੀ ਹੁਣ ਮੈਨੂੰ ਤੁਸੀਂ ਸਾਰੇ ਹਾਂਜੀ ਠੀਕ ਐ ਤੁਹਾਨੂੰ ਹੀ ਦੇਣ ਲੱਗੇ ਆ ਜੀ ਸਰ ਹਾਂਜੀ ਸਰ ਬਿਲਕੁਲ ਬਿਲਕੁਲ ਗਗਨ ਜੀ ਠੀਕ ਐ ਜੀ ਚਲੋ ਤੁਸੀਂ ਪੜੋ ਐਦਾਂ ਕਰੋ ਤੁਸੀਂ ਮੈਨੂੰ 5th ਕੁਐਸਚਨ ਬਹੁਤ ਈਜ਼ੀ ਹੈ 5th ਕੁਐਸਚਨ ਮੈਨੂੰ ਸੋਲਵ ਕਰਕੇ ਦੋ 5th ਕੁਐਸਚਨ ਸੋਲਵ ਕਰੋ lettes see ਕੌਣ ਸਭ ਤੋਂ ਪਹਿਲਾਂ ਆਨਸਰ ਦਿੰਦਾ ਹੈ ਠੀਕ ਹੈ ਨਾ ਇਹਨਾਂ ਨੇ ਬਿਫੋਰ ਹਿਸ ਡੈਥ ਬਾਰੇ ਗੱਲ ਕੀਤੀ ਹੋਈ ਹੈ ठीक है जी ठीक है हम देखो हां जी लास्ट हां जी लास्ट आप अगर देखिए लास्ट सिक्स मंथ्स ऑफ लाइफ लास्ट सिक्स मंथ्स ऑफ लाइफ ਇਦੇ ਬਾਰੇ ਗੱਲ ਕੀਤੀ ਹੈ ਹਨਾ ਤਾਂ that means ਸਾਡਾ ਆਨਸਰ ਇੱਥੇ ਹੀ ਇੱਥੇ ਹੀ ਕਿਤੇ ਹੋਏਗਾ the one surviving ਦੇਖੋ ਇੱਥੋਂ ਹੀ ਸ਼ੁਰੂ ਕਰ ਦੋ ਸ਼ੁਰੂ ਤੋਂ ਹੀ ਦੇਖੋ not good health ਲਿਖਿਆ ਹੋਇਆ ਸੀ not in good health we also know that he was not in good health when he headed up into the mountains ਜਦੋਂ ਉਹਨਾਂ ਮਾਊਂਟਨ ਤੇ ਚੜ੍ਹਨਾ ਸ਼ੁਰੂ ਕੀਤਾ the one surviving fingernail recovered from his remains suggest that he suffered three episodes of significant ਡਿਜੀਜ ਡਿਊਰਿੰਗ ਦਾ ਲਾਸਟ ਸਿਕਸ ਮੰਥਸ ਆਫ ਦਾ ਲਾਈਫ ਇਹਦੇ ਬਾਰੇ ਕੀ ਇੱਥੇ ਕੀ ਦੱਸਿਆ ਹੋਇਆ ਹੈ ਕਿ ਉਹਨਾਂ ਉਹ ਹੈਲਥ ਵਾਈਜ ਠੀਕ ਹੈ ਹੀ ਵਾਸ ਇਲ ਮਤਲਬ ਉਹ ਬਿਮਾਰ ਸੀ ਆਈਸਮੈਨ ਦੀ ਗੱਲ ਕਰ ਰਹੇ ਹਾਂ ਠੀਕ ਹੈ ਸੋ ਦੈਟ ਮੀਨਸ ਕਿ ਸਾਡਾ ਫਿਫਥ ਆਨਸਰ ਹੋਏਗਾ ਐਫ ਠੀਕ ਹੈ फिफ्थ आंसर है एफ पॉइंट ठीक है आई थिंक ऑलमोस्ट सारे आंसर आप कोई आंसर रहा प्लीज लेट मी अगर नोगा रहा आई थिंक फोर्थ रहा है ना फोर्थ भी हो गया ठीक है देखो फर्स्ट आंसर सात है ठीक है सैकेंड आंसर आई थिंक रहा ਸੈਕਿੰਡ ਤੁਸੀਂ ਸਰਚ ਕਰੋ 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 ਹਾਂਜੀ ਬਿਲਕੁਲ ਕਰੋ ਅਸੀਂ ਸਿਰਫ ਕੀਵਰਡਸ ਲੱਭਨੇ ਆ ਠੀਕ ਹੈ ਚਲੋ ਮੈਨੂੰ ਤੁਸੀਂ ਮੈਸੇਜ ਕਰੋ ਠੀਕ ਹੈ ਇਹਦਾ ਆਨਸਰ ਕੱਢ ਕੇ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਦੇ ਕੈਨ ਆਸਕ ਡਾਊਟ ਇਨ ਦਾ ਟੂਮੋਰੋਸ ਕਲਾਸ ਠੀਕ ਹੈ Okay, then we'll meet in tomorrow's class. Thank you so much. Thank you for joining us.